ਇਹ ਸਭ ਪੰਜਾਬ ਦੇ ਵਿੱਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਦਾ ਪੇਪਰ ਪੈਂਦਾ ਨਕਲ ਬੜੀ ਰੱਜ ਕੇ ਵੱਜਦੀ ਆ ਤੇ ਜਿਹੜੇ ਓਪੋਜੀਸ਼ਨ ਵਾਲੇ ਨੇ ਵਿਰੋਧੀ ਧਿਰ ਦੇ ਜਿਹੜੇ ਬੰਦੇ ਨੇ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਭਗਵੰਤ ਮਾਨ ਨੂੰ ਚੰਗੀ ਤਰ੍ਹਾਂ ਲਪੇਟਦੇ ਨੇ ਇਹ ਭਰਤੀ ਘੁਟਾਲਾ ਜਿਹੜਾ ਹੈ ਕਿ ਇਹਦੇ ਵਿੱਚ ਕਿੰਨੀਆਂ ਗ੍ਰਿਫਤਾਰੀਆਂ ਹੋ ਗਈਆਂ ਤੇ ਨਕਲ ਕਿਹੜੇ ਤਰੀਕੇ ਨਾਲ ਵੱਜੀ ਹੈ ਸਭ ਨੇ ਤੁਸੀਂ ਕਿਹਾ ਕਿ ਨਕਲ ਜਿਹੜੀ ਹੈ ਵੱਜੀ ਹੈ ਤੇ ਪਰ ਨਕਲ ਵੀ ਕਹਿੰਦੇ ਕਿਸੇ ਅਕਰ ਨਾਲ ਵੱਜਦੀ ਹੈ ਹੁਣ ਇਹ ਜਿਹੜੀ ਚੀਟਿੰਗ ਹੋਈ ਹੈ ਇਹ ਕਿਸ ਪੱਧਰ ਤੀ ਹੋਵੇਗੀ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਸਰਕਾਰ ਨੇ 78 ਨਾਇਬ ਤਹਿਸੀਲਦਾਰਾਂ ਦੀ ਭਰਤੀ ਨੂੰ ਲੈ ਕੇ ਇੱਕ ਇਸ਼ਤਿਹਾਰ ਜਾਰੀ ਕੀਤਾ ਪੀਪੀਐਸਸੀ ਵੱਲੋਂ 22 ਮਈ 2022 ਨੂੰ ਇਸੇ ਸਾਲ ਉਹਦਾ ਐਗਜ਼ਾਮ ਹੋਇਆ ਬਹੁਤ ਸਾਰੇ ਕੈਡੀਡੇਟ ਹੋਣਗੇ ਨਾਇਬ ਤਹਿਸੀਲਦਾਰ ਲੱਗਣ ਨੂੰ ਕਿਸ ਦਾ ਦਿਲ ਨਹੀਂ ਕਰਦਾ ਇਸ ਵਿੱਚ ਚਾਰ ਜਿਹੜੇ ਘੱਟੋ ਘੱਟ 4 ਚਾ 5 ਉਮੀਦਵਾਰ ਜਿਹੜੇ ਨੇ ਉਹਨਾਂ ਦੇ ਸੋਨੇ ਰੈਂਕ ਜਿਹਨਾਂ ਦੇ ਆਏ ਸ਼ੱਕ ਦੀ ਸੂਈ ਸਾਰੀ ਉਹਨਾਂ ਤੇ ਗਈ। ਨੰਬਰ 1 ਤੇ ਬਲਰਾਜ ਸਿੰਘ ਰੈਂਕ ਨੰਬਰ 2 ਬਲਦੀਪ ਸਿੰਘ ਰੈਂਕ ਨੰਬਰ 4 ਲੱਪਰੀ ਸਿੰਘ ਰੈਂਕ ਨੰਬਰ 12 ਵਰਿੰਦਰਪਾਲ ਸਿੰਘ ਚੌਧਰੀ ਰੈਂਕ ਨੰਬਰ 21 ਤੇ ਇੱਕ ਲੜਕੀ ਗ੍ਰਿਫਤਾਰ ਹੋ ਗਈ ਹੈ। ਉਸ ਦਾ 5ਵਾਂ ਰੈਂਕ ਹੈ ਸੁਨੀਤਾ ਨਾਮ ਹੈ ਉਸ ਦਾ। ਪੁਲਿਸ ਨੇ ਉਹਨੂੰ ਪੁੱਛਗਛ ਲਈ ਬੁਲਾਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਤਾਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦੀ ਪ੍ਰੀਖਿਆ ਦਾ ਪੇਪਰ ਲੀਕ ਜਾਂ ਜਿਹੜਾ ਮਸਲਾ ਹੈ ਪੇਪਰ ਲੀਕ ਕੇਵਰੇ ਤੇ ਇਸ ਤਰ੍ਹਾਂ ਹੁੰਦਾ ਨਾ ਕਿ ਪਹਿਲਾਂ ਹੀ ਪੇਪਰ ਲੀਕ ਹੋ ਜਾਂਦਾ ਹੈ। ਤੇ ਉਹਨਾਂ ਕੋਲ ਜਿਹੜੇ ਕੈਂਡੀਡੇਟ ਹੁੰਦੇ ਨੇ ਉਮੀਦਵਾਰ ਹੁੰਦੇ ਨੇ ਉਹਨਾਂ ਕੋਲ ਪਹਿਲਾਂ ਹੀ ਸਵਾਲ ਜਿਹੜੇ ਜਵਾਬ ਨੇ ਜਾਂ ਕੁਝ ਵੀ ਸਾਰਾ ਪ੍ਰਸ਼ਨ ਉੱਤਰ ਜੋ ਵੀ ਕਾਪੀਆਂ ਹੁੰਦੀਆਂ ਨੇ ਪਹੁੰਚ ਜਾਂਦੀਆਂ ਨੇ। ਪਰ ਇੱਥੇ ਪਹਿਲਾਂ ਲੀਕ ਨਹੀਂ ਹੋਇਆ। पर मौके ਤੇ ਹਾਈ ਟੈਕ ਤਕਨੀਕ ਵਰਤ ਕੇ ਕੁਝ ਖਾਸ ਕਿਸਮ ਦੇ ਕੈਮਰੇ ਲਾ ਕੇ ਡਮੀ ਕੈਂਡੀਡੇਟ ਜਿਹੜੇ ਸੀ ਉਹ ਬਿਠਾਏਗਾ ਭਾਵੇਂ ਜੋ ਵੀ ਯੋਗਤਾ ਹੈ ਉਸ ਵਿੱਚ ਪ੍ਰੀਖਿਆ ਵਿੱਚ ਬੈਣ ਤੋਂ ਤੇ ਕੋਈ ਰੋਕ ਨਹੀਂ ਸਕਦਾ ਉਸ ਦੇ ਲਈ ਕੁਝ ਡਮੀ ਉਮੀਦਵਾਰ ਜਿਨ੍ਹਾਂ ਨੇ ਨਾ ਨਾਇਬ ਤਹਿਸੀਲਦਾਰ ਲੱਗਣਾ ਸੀ ਨਾ ਕੁਝ ਹੋਰਾਂ ਨੂੰ ਨੌਕਰੀ ਦੀ ਚਾਹਤ ਸੀ ਨਾ ਕੋਈ ਗੱਲ ਸੀ ਨਾ ਕੋਈ ਬਾਤ ਸੀ ਉਹਨਾਂ ਦੇ ਬੋਡੀ ਤੇ ਕੈਮਰੇ ਲਾ ਕੇ ਛੋਟੇ ਛੋਟੇ ਕੈਮਰੇ ਟਾਈਨੀ ਜ ਹੈ ਤੇ ਉਹਨਾਂ ਨੂੰ ਅੰਦਰ ਭੇਜ ਦਿੱਤਾ ਗਿਆ ਤੇ ਮਿੰਟੋ-ਮਿੰਟੀ ਜਦੋਂ ਉਹਨਾਂ ਦੇ ਸਾਹਮਣੇ ਫਿਰ ਕੁਐਸਚਨ ਸ਼ੀਟ ਆਉਂਦੀ ਹੈ ਤੇ ਉਹ ਪਿੱਛੇ ਫੋਟੋਆਂ ਜਾਂਦੀਆਂ ਨੇ ਦੂਰ ਤੱਕ ਹਰਿਆਣਾ ਤੱਕ ਧਾਰਾਂ ਜੁੜੀਆਂ ਹੋਈਆਂ ਨੇ ਉੱਥੇ ਟੀਚਰ ਬੈਠੇ ਨੇ ਪ੍ਰੋਫੈਸਰ ਬੈਠੇ ਨੇ ਹੋਰ ਇੰਟੈਲੈਕਚੁਅਲ ਬੈਠੇ ਨੇ ਕੰਪਿਊਟਰ ਔਨ ਕਰਕੇ ਉਸ ਸਵਾਲ-ਜਵਾਬ ਮਿੰਟੋ-ਮਿੰਟੀ ਜਿਹੜੇ ਹਨ ਵਾਪਸ ਕੁਝ ਉਮੀਦਵਾਰਾਂ ਨੂੰ ਭੇਜ ਰਹੇ ਨੇ ਨਾਲ ਦੀ ਨਾਲ ਇਹਨਾਂ ਦੇ ਨਾਲ ਕੁਝ ਇਹੋ ਜਿਹੇ ਅੰਦਰਖਾਤੇ ਕੁਝ ਹੋਰ ਜੁੜੇ ਹੋਏ ਮੁਲਾਜ਼ਮ ਵੀ ਦੱਸੇ ਗਏ ਜਿਨਾਂ ਤੇਾਰੇ ਅਜੇ ਖੁਲਾਸਾ ਨਹੀਂ ਹੈ ਪਰ ਇਹ ਤਾਰਾਂ ਜੋੜ ਕੇ ਇਸ ਪੱਦਰ ਦੀਆਂ ਫਿਰ ਆ ਜਿਹੜੇ 4-5 ਦੱਸੇ ਨੇ ਤੇ ਹੋਰ ਵੀ ਹੋਣਗੇ ਹੁਣ ਤੱਕ 11 ਜਣੇ ਗ੍ਰਿਫਤਾਰ ਹੋਏ ਨੇ ਇਸ ਵਿੱਚ ਅਧਿਕਾਰੀ ਵੀ ਸ਼ਾਮਲ ਨੇ ਉਹ ਵੀ ਲਪੇਟੇ ਚ ਆ ਸਕਦੇ ਨੇ ਜਿਹੜੇ ਪ੍ਰੋਫੈਸਰ ਜਾਂ ਅਧਿਆਪਕ ਦੂਸਰੇ ਪਾਸੇ ਦੂਰ ਕਿਤੇ ਬੈਠੇ ਹੋਏ ਇਹਨਾਂ ਦੇ ਹਲ ਕਰ ਰਹਿ ਕਰ ਰਿਆ ਸੀ ਜਾਂ ਕਰਵਾ ਰਿਆ ਸੀ ਸਾਰੇ ਫੜੇ ਜਾਣਗੇ 22-22 ਲੱਖ ਰੁਪਇਆ ਇੱਕ ਇੱਕ ਉਮੀਦਵਾਰ ਤੋਂ एग्जाम ਪਾਸ ਕਰਵਾਉਣ ਦਾ ਦੱਸਿਆ ਗਿਆ ਕਿ ਲਿਆ ਜਾਵੇਗਾ ਇਹ ਕੋਈ ਇਸ ਤਰ੍ਹਾਂ ਨਹੀਂ ਕਿ ਕੋਈ ਉਠਿਆ ਤੇ ਉਹਦਾ ਕੰਮ ਹੋ ਗਿਆ ਤੇ ਉਹਨੇ ਕੋਈ ਆਪਣੇ ਤਰੀਕੇ ਨਾਲ ਸੈਟਅਪ ਕਰ ਲਈ ਇੱਕ ਮੈਂ ਹੋਰ ਗੱਲ ਮੈਂ ਨਕਲ ਦੇ ਬਾਰੇ ਮੈਂ ਅਕਸਰ ਕਰਦਾ ਹੁੰਦਾ ਸਾਡਾ ਅਧਿਆਪਕ ਵਰਗ ਨਰਾਜ਼ ਨਾ ਹੋਵੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਬਿਮਾਰੀ ਦਾ ਵੱਡੇ ਪੱਧਰ ਤੇ ਫੈਸਾਰਾ ਕਈ ਸਾਲਾਂ ਤੋਂ ਵੇਖਿਆ ਗਿਆ ਹੈ ਅਤਵਾਦ ਦੇ ਸਮੇਂ ਦੇ ਵਿੱਚ ਬਹੁਤ ਵਾਰੀ ਜਦੋਂ ਸੁਪਰਟੈਂਡੈਂਟ ਜਾਂ ਹੋਰ ਜਿਹੜੇ ਅਧਿਕਾਰੀ ਹੁੰਦੇ ਸੀ ਉਹ ਪ੍ਰੀਖਿਆ ਲੈਣ ਲੱਗਦੇ ਸੀ ਤੇ ਉਹ ਚਿੱਠੀ ਵਿਖਾ ਦਿੰਦੇ ਕਿ ਦੇਖੋ ਸਾਨੂੰ ਕਿਸੇ ਜਥੇਬੰਦੀ ਵੱਲੋਂ ਚਿੱਠੀ ਆਈ ਹੈ ਇੱਥੇ ਨਕਲ ਨਹੀਂ ਹੋਣੀ ਭਾਈ ਤੇ ਉਹ ਨਹੀਂ ਹੁੰਦੀ ਸੀ ਖੈਰ ਉਹ ਤਰੀਕਾ ਨਹੀਂ ਠੀਕ ਪਰ ਸਾਡਾ ਅਪਰਾਂ ਫਿਰ ਜਿਹੜਾ ਸਿਸਟਮ ਹੈ ਉਹ ਦੁਬਾਰਾ ਹੀ ਉਸੇ ਤਰ੍ਹਾਂ ਚੱਲ ਪਿਆ ਇੱਕ ਹੁੰਦੀ ਹੈ ਨਕਲ ਕਿ ਚਲੋ ਜੋ ਦੋ ਜਿਹੜੇ ਪ੍ਰੀਖਿਆਰਥੀ ਜਿਹੜੇ ਨੇ ਐਗਜ਼ਾਮ ਦੇਣ ਵਾਲੇ ਬੱਚੇ ਬੈਠੇ ਹੋਏ ਨੇ ਇੱਧਰ ਐ ਕੋਈ ਉੱਧਰ ਐ ਕੋਈ ਸਾਈਡ ਲੈਫਟ ਤੇ ਕੋਈ ਰਾਈਟ ਤੇ ਕੋ ਸਾਹਮਣੇ ਉਹ ਕੋਈ ਮੜਾ ਮੋਟਾ ਹੱਥ ਤੇ ਲਿਖ ਕੇ ਲੈ ਗਿਆ ਕਿਸੇ ਨਾਲ ਦੇ ਨੂੰ ਪੁੱਛ ਲਿਆ ਉਹ ਇੱਕ ਕਿਸਮ ਦਾ ਇੱਕ ਸਿਸਟਮ ਇਹਨਾਂਕ ਚੱਲਦਾ ਦੁਨੀਆ ਭਰ ਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਨਹੀਂ ਹੈ ਤੇ ਉਹ ਵੀ ਚੀਟਿੰਗ ਪਰ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਇਹ ਆਰਗੇਨਾਈਜ਼ਡ ਨਕਲ ਹੈ ਆਰਗੇਨਾਈਜ਼ਡ ਚੀਟਿੰਗ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਬੱਚਿਆਂ ਦੇ ਐਗਜ਼ਾਮ ਦੇ ਆਨਸਰ ਜਿਹੜੇ ਨੇ ਕੇਵਰੇ ਮੈਚ ਕਰ ਜਾਂਦੇ ਨੇ ਤੇ ਫਿਰ ਉਦੋਂ ਉਹਨਾਂ ਨੂੰ ਫੜਿਆ ਜਾਂਦਾ ਤੇ ਉਹਨਾਂ ਨੂੰ ਬੜੀਆਂ ਸਖਤ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਸਾਡੇ ਵੀ ਇਸ ਤਰ੍ਹਾਂ ਦਾ ਸਿਸਟਮ ਤੇ ਹੈ ਪਰ ਅੱਜ ਤੱਕ ਇਹ ਜਿਹੜਾ ਜਦੋਂ ਨਾਇਬ ਤਹਿਸੀਲਦਾਰ ਲੱਗਣ ਦੀ ਗੱਲ ਆਉਂਦੀ ਹੈ ਤੇ ਫੇਰ ਉਹ ਵੱਡੀਆਂ-ਵੱਡੀਆਂ ਕੁਰਸੀਆਂ ਕਾਰਾਂ ਸਲੂਟ ਸਾਹਿਬ ਜੀ ਸਰ ਜੀ ਘੰਟੀ ਮਾਰੋ ਤੇ ਅਰਦੜੀ ਹਾਜ਼ਰ ਜਦੋਂ ਉਹ ਗੱਲਾਂ ਆਉਂਦੀਆਂ ਨੇ ਤੇ ਗੱਫਿਆਂ ਦੇ ਗੱਫੇ ਆਉਣੇ ਨੇ ਹਰ ਹਰ ਰੋਜ਼ ਤੇ ਉਹ ਫੇਰ ਤੁਹਾਨੂੰ ਪਤਾ ਹੈ ਕਿ ਉਸ ਦਾ ਰੇਟ ਕੀ ਹੋਵੇਗਾ ਸੋ ਇਹ ਬੰਦੇ ਫੜੇ ਜਾ ਰਹੇ ਨੇ ਪਰ ਮੁੱਖ ਮੰਤਰੀ ਸਾਹਿਬ ਤੇ ਜਿਹੜਾ ਵਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਉਹ ਕਹਿੰਦੇ ਕਿ ਸੀਬੀਆਈ ਦੀ ਜਾਂਚ ਕਰਵਾਓ ਇਸ ਤੋਂ ਦੇਖੋ ਗੱਲ ਇਹ ਆ ਜਾਂਚ ਚੱਲ ਰਹੀ ਹੈ ਨਾ ਬੰਦੇ ਫੜੇ ਜਾ ਰਹੇ ਨੇ ਨਾ ਪੰਜਾਬ ਸਰਕਾਰ ਨੂੰ ਤੇ ਬਣੇ ਨੂੰ ਜਮਮ ਜਮਾ 2 ਮਹੀਨੇ ਹੋਏ ਸੀ ਜਦੋਂ ਇਹ ਇੱਕਾਂਡ ਹੋ ਗਿਆ ਸਾਰਾ ਜੀ ਤੇ ਅੱਜ ਵੀ ਜਾਂਚ ਚੱਲ ਰਹੀ ਹੈ ਹੁਣ ਜਿਹੜੇ ਇਸ ਜਦੋਂ ਇਸ ਦੀਆਂ ਸੂਚੀਆਂ ਲੱਗਦੀਆਂ ਨੇ ਕਿ ਕਿਹਨਾਂ ਦਾ ਕਿਹੜਾ ਕਿਹੜਾ ਰੈਂਕ ਆਇਆ ਤੇ ਰੌਲਾ ਤਾਂ ਉਦੋਂ ਪੈਂਦਾ ਇਹ ਪਹਿਲੀ ਵਾਰੀ ਤੇ ਹੋਇਆ ਨਹੀਂ ਮਜੀਠੀਆ ਸਾਹਿਬ ਨੂੰ ਇਸ ਗੱਲ ਦਾ ਤਾਂ ਪਤਾ ਹੋਣਾ ਚਾਹੀਦਾ ਰਵੀ ਸਿੱਧੂ ਦਾ ਨਾਮ ਕਿਸੇ ਨੂੰ ਭੁੱਲਿਆ ਤਾਂ ਨਹੀਂ ਉਸਦੇ ਡੰਗੇ ਹੋਏ ਅੱਜ ਵੀ ਬਚੇ ਤਾਂ ਨਹੀਂ ਉਹ ਕਿਸ ਦੇ ਰਾਜ ਵਿੱਚ ਹੋਇਆ ਸੀ ਰਵੀ ਸਿੱਧੂ ਵਾਲਾ ਕਾਂਡ ਉਸ ਦੀ ਜਾਂਚ ਸੀਬੀਆਈ ਤੋਂ ਹੋਈ ਸੀ ਹੋਰ ਪਤਾ ਨਹੀਂ ਅਨੇਕਾਂ ਘਪਲੇ ਹੁੰਦੇ ਨੇ ਇਸ ਤਰ੍ਹਾਂ ਦੇ ਤੇ ਬਿਕਰਮ ਸਿੰਘ ਮਜੀਠੀਆ ਕਹਿੰਦੇ ਲੋ ਜੀ ਜਿਹੜੇ ਉਮੀਦਵਾਰ ਫੜੇ ਗਏ ਨੇ ਜਾਂ ਫੜੇ ਜਾ ਰਹੇ ਨੇ ਉਹ ਜ਼ਿਆਦਾ ਮੁੱਖ ਮੰਤਰੀ ਦੇ ਜ਼ਿਲ੍ਹੇ ਨਾਲ ਸੰਗਰੂਰ ਤੇ ਪਟਿਆਲੇ ਨਾਲ ਸੰਬੰਧਿਤ ਨੇ ਇਸ ਕਰਕੇ ਸਿੱਧੀ ਸ਼ੱਕ ਦੀ ਸੂਈ ਜਿਹੜੀ ਆ ਮੁੱਖ ਮੰਤਰੀ ਤੇ ਉੱਠਦੀ ਹੈ ਸਭ ਨੂੰ ਪਤਾ ਹੈ ਇਸ ਗੱਲ ਦਾ ਕਿ ਇਹ ਭਗਵੰਤ ਮਾਨ ਇਹੋ ਜੀ ਗੱਲ ਦੇ ਵਿੱਚ ਸ਼ਾਮਲ ਨਹੀਂ ਹੈ ਹੂੰ ਤੇ ਵਿਕਟਮ ਸਿੰਘ ਮਜੀਠੀਆ ਦਾ ਇਹ ਦਾਵਾ ਕਿ ਹਰ ਗੱਲ ਘੁਮਾ ਕੇ ਭਗਵੰਤ ਮਾਨ ਨੂੰ ਹੀ ਘੇਰਨਾ ਹੈ ਮੈਨੂੰ ਬਹੁਤਾ ਵਧੀਆ ਨਹੀਂ ਜਾਪਦਾ ਜੀ ਤੁਸੀਂ ਗੱਲ ਠੀਕ ਹੈ ਤੁਸੀਂ ਉਹਦੀ ਕਰੋ ਤੁਸੀਂ ਤੁਸੀਂ ਆਵਾਜ਼ ਉਠਾਈ ਹੈ ਗੱਲ ਹੋਈ ਹੈ ਹੂੰ ਹੂੰ ਸਰਕਾਰ ਕਾਰਵਾਈ ਕਰ ਰਹੀ ਹੈ ਸੀਬੀਆਈ ਕੀ ਕਰੇਗੀ ਸੀਬੀਆਈ ਤੇ ਫਿਰ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਕੇਸ ਉਹਨਾਂ ਦੇ ਕੋਲ ਨੇ ਜੀ ਤੁਸੀਂ ਏਜੰਸੀਆਂ ਤੇ ਯਕੀਨ ਕਰਦੇ ਹੋ ਤੇ ਜਨਾਬ ਹੋਣਾ ਤੇ ਵੀ ਕੇਸ ਜਿਹੜਾ ਹੈ ਕਿਸ ਤਰ੍ਹਾਂ ਦਾ ਪਿਆ ਹੋਇਆ ਜਿਹਦੇ ਵਿੱਚ ਆਪ ਜੀ ਕਾਫੀ ਲੰਬਾ ਸਮਾਂਦਰ ਰਹਿ ਕੇ ਆਏ ਹੋ ਜੀ ਉਹ ਵੀ ਕਿਸੇ ਏਜੰਸੀ ਕੋਲ ਵੀ ਕੇਂਦਰੀ ਏਜੰਸੀ ਕੋਲ ਹੋਣਾ ਚਾਹੀਦਾ ਕਿਸੇ ਕਿਸੇ ਫਿਰ ਬਹੁਤ ਵੱਡੀ ਏਜੰਸੀ ਕੋਲ ਹੂੰ ਹੂੰ ਤੁਸੀਂ ਆਪਣੀਆਂ ਸਰਕਾਰ ਦੀਆਂ ਏਜੰਸੀਆਂ ਜਿਨ੍ਹਾਂ ਦੇ ਤੁਸੀਂ ਆਪ ਜਿਨ੍ਹਾਂ ਤੇ ਹੁਕਮ ਚਲਾਉਂਦੇ ਰਹੇ ਹੋ ਆਪਣੀ ਸਰਕਾਰ ਹੁੰਦਿਆਂ ਹੋਇਆਂ ਤੁਸੀਂ ਉਹਨਾਂ ਤੇ ਯਕੀਨ ਨਹੀਂ ਕਰ ਰਹੇ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਆਜ਼ਾਦ ਏਜੰਸੀਆਂ ਅੱਜ ਤੱਕ ਬਣਾਇਆ ਤਾਂ ਕਿ ਉਹ ਜ਼ਿਆਦਾ ਨਾ ਤੌਰ ਤੇ ਕੰਮ ਕਰ ਸਕਣ ਸੋ ਕਾਰਵਾਈ ਚੱਲ ਰਹੀ ਹੈ ਨਾਇਬ ਤਹਿਸੀਲਦਾਰਾਂ ਦੀ ਇਹ ਭਰਤੀ ਪ੍ਰਕਿਰਿਆ ਵੱਡੇ ਪੱਧਰ ਤੇ ਕਪੜੇ ਹੋਏ ਨੇ ਬਦਕਿਸਮਤੀ ਹੈ ਸਾਡੀ ਕਿ ਅਸੀਂ ਅੱਜ ਤੱਕ ਇਹੋ ਜਿਹਾ ਸਿਸਟਮ ਨਾਲ ਜੂਝ ਰਹੇ ਹਾਂ ਜਿੱਥੇ ਆਰਗੇਨਾਈਜ਼ਡ ਚੀਟਿੰਗ ਰਿਸ਼ਵਤਖੋਰੀ ਤੇ ਹੋਰ ਇਸ ਤਰ੍ਹਾਂ ਦੇ ਕੰਮ ਚੱਲਦੇ ਨੇ ਤੇ ਜਿਹੜੇ ਯੋਗ ਉਮੀਦਵਾਰ ਵਿਚਾਰੇ ਕਿਤੇ ਪਿੱਛੇ ਰਹਿ ਜਾਂਦੇ ਨੇ ਤੱਕੇ ਖਾਂਦੇ ਫਿਰਦੇ ਨੇ ਤੇ ਅਯੋਗ ਫਿਰ ਆ ਇਸ ਤਰ੍ਹਾਂ ਦੇ ਰੈਂਕ ਵਾਲੇ ਜਿਨ੍ਹਾਂ ਨੂੰ ਕੱਖ ਵੀ ਨਹੀਂ ਆਉਂਦਾ ਤੇ ਉਹ ਫਿਰ ਸਾਡੇ ਸਿਰ ਤੇ ਬੈਠ ਜਾਂਦੇ ਨੇ ਫਿਰ ਇਹਨਾਂ ਲੋਕਾਂ ਨੇ ਨੀਤੀਆਂ ਬਣਨੀਆਂ ਤੇ ਬਣਵਾਉਣੀਆਂ ਨੇ ਇਹਨਾਂ ਨੇ ਸਕੂਲ ਤਿਆਰ ਕਰਨੇ ਨੇ ਇਹਨਾਂ ਨੇ ਕਾਲਜਾਂ ਦੀਆਂ ਇਮਾਰਤਾਂ ਉਸਾਰਨੀਆਂ ਨੇ ਇਹਨਾਂ ਕੋਲੋਂ ਅਸੀਂ ਕੰਮ ਲੈਣੇ ਨੇ ਤੇ ਫਿਰ ਭਵਿੱਖ ਸਾਡਾ ਕੀ ਹੋਵੇਗਾ ਸਾਨੂੰ ਇਸ ਬਾਰੇ ਸੋਚਣਾ ਪੈਂਦਾ